ਮੇਰੇ ਮੁੱਖ ਮੰਤਰੀ ਸਾਹਿਬ 2014 ਤੋਂ ਹਮੇਸ਼ਾ ਇਹਨੇ ਸਿਰ 'ਤੇ ਹੱਥ ਰੱਖਿਆ ਅਤੇ ਸਮਾਜ ਬਾਰੇ, ਰਾਜਨੀਤੀ ਬਾਰੇ ਕਿ ਕਿਵੇਂ ਤੁਸੀਂ ਆਪਣਾ ਜੀਵਨ ਲੋਕ ਅਰਪਣ ਕਰ ਸਕੋ, ਸਰ ਤੋਂ ਸਿੱਖ ਰਹੇ ਹਾਂ ਅਤੇ ਸਿੱਖਦੇ ਰਹਿੰਦੇ ਹਾਂ। ਅਤੇ ਮੈਂ ਉਮੀਦ ਕਰਦਾ ਕਿ ਮੈਂ ਇੱਕ ਚੰਗਾ ਸਟੂਡੈਂਟ ਬਣ ਕੇ ਦਿਖਾਵਾਂ ਸਰ, ਆਪਣੇ ਮੁੱਖ ਮੰਤਰੀ ਦਾ ਨਾਮ ਰੌਸ਼ਨ ਕਰਾਂ। ਅਤੇ ਤੀਜੇ ਇਸ ਮੰਚ ਤੋਂ ਮੈਂ ਖਾਸ ਜ਼ਿਕਰ ਕਰਨਾ ਚਾਹੂੰਗਾ ਸ਼੍ਰੀ ਮਨੀਸ਼ ਸਿਸੋਦੀਆ ਜੀ ਦਾ। ਉਹ ਸ਼ਖਸ ਜਿਸਨੇ ਇਸ ਪੂਰੇ ਦੇਸ਼ ਨੂੰ ਦੱਸਿਆ ਕਿ ਸਿੱਖਿਆ ਮਹਿਕਮੇ ਦੀ ਅਹਿਮੀਅਤ ਕੀ ਹੈ, ਉਹ ਸ਼ਖਸ ਜਿਸਨੇ ਇਸ ਦੇਸ਼ ਦੀ ਰਾਜਨੀਤੀ ਨੂੰ ਸਿੱਖਿਆ 'ਤੇ ਕੇਂਦਰਿਤ ਕਰ ਦਿੱਤਾ। ਕੀ ਦੇਣ ਹੈ, ਕੀ ਕਸੂਰ ਆ ਉਹਨਾਂ ਦਾ? ਇਹ ਕਸੂਰ ਹੈ ਕਿ ਆਮ ਘਰਾਂ ਦੇ ਬੱਚਿਆਂ ਵੀ ਹੁਣ ਸੁਪਨਾ ਲੈ ਸਕਦੇ ਆ। ਇਹ ਕਸੂਰ ਹੈ ਕਿ ਡੀਸੀ ਅਤੇ MLA ਦਾ ਬੱਚਾ ਇੱਕੋ ਸਕੂਲ 'ਚ ਪੜ੍ਹ ਸਕਦਾ ਅਤੇ ਰਿਕਸ਼ੇ ਵਾਲੇ ਦਾ ਬੱਚਾ। 6 ਮਹੀਨਿਆਂ ਤੋਂ ਉਹਨਾਂ ਨੂੰ ਜੇਲ੍ਹ 'ਚ ਪਾਇਆ। ਪਰ ਤੁਸੀਂ ਕਿਸੇ ਇਨਸਾਨ ਨੂੰ ਕੈਦ ਕਰ ਸਕਦੇ ਹੋ, ਤੁਸੀਂ ਕਿਸੇ ਸਰੀਰ ਨੂੰ ਕੈਦ ਕਰ ਸਕਦੇ ਹੋ, ਪਰ ਤੁਸੀਂ ਮਨੀਸ਼ ਸਿਸੋਦੀਆ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੇ। ਅੱਜ ਪੂਰਾ ਦੇਸ਼, ਅੱਜ ਹਰ ਸਰਕਾਰ ਸਿੱਖਿਆ ਪ੍ਰਤੀ ਸੰਜੀਦਾ ਹੋ ਗਈ ਹੈ। ਤਾਂ ਮੈਂ ਉਸ ਮਹਾਨ ਆਪਣੇ ਅਧਿਆਪਕ ਨੂੰ, ਉਹਨਾਂ ਨੂੰ ਵੀ ਸਿਜਦਾ ਕਰਦਾ ਜੀ। ਜਿਵੇਂ ਜਿਵੇਂ ਸਮਾਂ ਵਧੂਗਾ, ਹਰ ਟੀਚਰ ਆਪਣੇ ਘਰ ਦੇ ਨੇੜੇ ਆ ਸਕੂਗਾ, ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ, ਕੋਈ ਸਿਫਾਰਿਸ਼ ਕਰਾਉਣ ਦੀ ਲੋੜ ਨਹੀਂ। ਪਲੱਸ ਐਗਜ਼ੈਂਪਟਿਡ ਕੈਟਾਗਰੀ, ਕੋਈ ਟੀਚਰ ਕਿਸੇ ਦੇ ਨਾਲ ਕੋਈ ਵਿਡੋ ਹੋ ਜਾਂਦਾ, ਕੋਈ ਡਾਇਵੋਰਸੀ ਹੈ, ਕੋਈ ਬਲਾਇੰਡ ਹੈ, ਕੋਈ ਹੈਂਡੀਕੈਪਡ ਹੈ, ਕੋਈ ਸੀਰੀਅਸ ਬਿਮਾਰੀ ਹੋ ਜਾਵੇ, ਔਨਲਾਈਨ ਅਪਲਾਈ ਕਰੋ, ਹਰ ਮਹੀਨੇ ਬਦਲੀ ਹੋਊਗੀ, ਕਿਸੇ ਦੇ ਕੋਲ ਜਾਣ ਦੀ ਲੋੜ ਨਹੀਂ। ਬੈਸਟ ਔਨਲਾਈਨ ਪਾਲਿਸੀ ਲੈ ਕੇ ਆਏ ਅੱਜ ਇਸ ਦੇ ਇਸ ਪ੍ਰੋਗਰਾਮ ਦੇ ਵਿੱਚ। ਪਿਛਲੇ 3 ਸਾਲਾਂ ਦੇ ਸਟੇਟ ਅਵਾਰਡੀ ਵੀ ਆਏ ਸਰ। ਸਰ, ਇਹਨਾਂ ਦਾ ਇੱਕ ਮਸਲਾ ਆਪ ਜੀ ਦਾ, ਉਹ ਵੀ ਹੱਲ ਕੀਤਾ। ਜਿਹੜੀ ਐਕਸਟੈਂਸ਼ਨ ਮਿਲਦੀ ਸੀ ਬਿਨਾਂ ਕਿਸੇ ਕਾਰਨ ਤੋਂ, ਉਹ ਬੰਦ ਕਰ ਦਿੱਤੀ ਗਈ ਸਰ। ਮਾਨ ਸਾਹਿਬ ਦੀ ਸਰਕਾਰ ਨੇ ਉਹ ਵੀ ਬਹਾਲ ਕੀਤੀ ਹੈ, ਸਟੇਟ ਅਵਾਰਡੀਆਂ ਨੂੰ ਜੋ ਬਣਦਾ ਸਨਮਾਨ ਹੈ ਉਹ ਵੀ ਦਿੱਤਾ। ਜੋ ਮਸਲੇ ਕਈ ਸਾਲਾਂ ਤੋਂ ਪੈਂਡਿੰਗ ਸੀ ਉਹਨਾਂ ਦਾ ਹੱਲ ਹੋਇਆ। ਇਸ ਤੋਂ ਨਾਲ ਹੀ 117 ਸਕੂਲ ਆਫ ਫੈਮੀਨੈਂਸ, ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ, ਅਸੀਂ ਪਿਛਲੇ ਸਾਲ ਉਸਦੀ ਨੀਂਹ ਰੱਖੀ ਸੀ। ਅਤੇ ਮੈਨੂੰ ਆਪ ਸਭ ਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ, ਬਹੁਤ ਹੀ ਜਲਦ ਕੁਛ ਦਿਨਾਂ ਦੇ ਵਿੱਚ ਹੀ ਸਾਡੇ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਪਹਿਲਾ ਸਕੂਲ ਆਫ ਫੈਮੀਨੈਂਸ ਲੋਕ ਅਰਪਣ ਕਰਨਗੇ। ਅਤੇ ਮੈਂ ਦਾਅਵੇ ਨਾਲ ਕਹਿ ਸਕਦਾ, ਉੱਦਾਂ ਦਾ ਸਕੂਲ ਪੰਜਾਬ 'ਚ ਕੋਈ ਪ੍ਰਾਈਵੇਟ ਸਕੂਲ ਵੀ ਨਹੀਂ ਹੋਊਗਾ। ਬਹੁਤ ਜਲਦੀ CM ਸਾਹਿਬ ਉਸਨੂੰ ਲੋਕ ਅਰਪਣ ਕਰਨਗੇ। ਪੰਜਾਬ ਦੇ ਆਮ ਘਰਾਂ ਦੇ ਬੱਚਿਆਂ ਨੂੰ ਐਕਸਪੋਜ਼ਰ ਵਿਜ਼ਿਟ, ਸਕੂਲ ਆਫ ਫੈਮੀਨੈਂਸ ਦਾ ਸੁਪਨਾ ਕੀ ਹੈ ਕਿ ਜਿਹੜਾ ਬੱਚਾ ਵਿਗਿਆਨ 'ਚ ਇੰਟਰਸਟ ਰੱਖਦਾ, ਜਿਹੜਾ ਆਰਮੀ ਅਫਸਰ ਬਣਨਾ ਚਾਹੁੰਦਾ, ਜਿਹੜਾ ਵਕੀਲ, ਉਹਨਾਂ ਨੂੰ ਪਤਾ ਲੱਗੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਇਸਰੋ ਭੇਜਿਆ, Chandrayaan-3 ਦੇ ਲਾਂਚ 'ਤੇ ਗਏ, ਆਦਿਤਯ ਹਰ ਲਾਂਚ 'ਤੇ। ਪੰਜਾਬ ਵੀ ਇੱਕ ਲੌਤਾ ਇੱਦਾਂ ਦਾ ਸੂਬਾ ਹੈ ਜੋ ਹਰ ਲਾਂਚ 'ਤੇ ਆਪਣੇ ਬੱਚਿਆਂ ਨੂੰ ਇਸਰੋ ਭੇਜਦਾ। ਅਤੇ ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਸਿੱਖਿਆ ਕ੍ਰਾਂਤੀ 'ਚ, ਜਿਵੇਂ ਕਿ ਆਪ ਸਭ ਨੂੰ ਪਤਾ, 2 ਸਾਲ ਕਰੋਨਾ ਰਿਹਾ, ਬੋਰਡ ਦੇ ਇਮਤਿਹਾਨ ਪ੍ਰੋਪਰ ਨਹੀਂ ਹੋ ਸਕੇ ਸੀ। ਤਾਂ ਇਸ ਵਾਰੀ ਇਹ ਅਨੁਮਾਨ ਸੀ ਕਿ ਬੋਰਡ ਦੇ ਰਿਜ਼ਲਟ ਮਾੜੇ ਆ ਸਕਦੇ ਆ, ਬਾਕੀ ਸੂਬਿਆਂ 'ਚ ਆਏ ਆ, ਰਿਜ਼ਲਟ ਗਿਰੇ ਆ। ਪਰ ਉਹ ਕਹਿੰਦੇ ਆ ਨਾ, ਜੇ ਨੀਅਤ ਹੋਵੇ, ਅਤੇ ਇਹ ਸਾਰੀ ਆਪ ਸਭ ਦੀ ਮਿਹਨਤ ਹੈ ਕਿ ਪੰਜਾਬ ਨੇ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਬੋਰਡ ਨਤੀਜਾ 2023 ਦਾ ਦਿੱਤਾ ਸਰ। ਸਭ ਤੋਂ ਵੱਧ ਬੱਚੇ ਨੀਟ ਵਿੱਚ, JEE ਦੇ ਵਿੱਚ ਸਰ 2023 ਸਿਲੈਕਟ ਹੋਏ ਆ। ਇਸ ਦੇ ਨਾਲ ਹੀ ਸਰ, ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਯੂਨੀਫਾਰਮ ਨਹੀਂ ਮਿਲਦੀ ਸੀ, ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਮਿਡ ਡੇ ਮੀਲ ਨਹੀਂ ਮਿਲਦਾ ਸੀ ਸਰ। ਇਹ ਮਾਨ ਸਾਹਿਬ ਦੀ ਸਰਕਾਰ ਹੈ ਕਿ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਯੂਨੀਫਾਰਮ ਵੀ ਹੁਣ ਮਿਲੀ ਹੈ ਅਤੇ ਮਿਡ ਡੇ ਮੀਲ ਵੀ ਮਿਲੀ।
ਸਕੂਲ ਆਫ ਐਮੀਨੈਂਸ ਦੇ ਬੱਚਿਆਂ ਨੂੰ 4000 ਰੁਪਇਆ, ਤਾਂ ਕਿ ਸਭ ਤੋਂ ਸ਼ਾਨਦਾਰ ਯੂਨੀਫਾਰਮ, ਹਰ ਕਿਸਮ ਦੀ ਯੂਨੀਫਾਰਮ ਉਸਨਾਂ ਨੂੰ ਮੁਹੱਈਆ ਹੋ ਚੁੱਕੀ ਹੈ, ਉਹਨਾਂ ਦੇ ਕੋਲ ਯੂਨੀਫਾਰਮ ਪਹੁੰਚ ਚੁੱਕੀ ਹੈ। ਇੱਦਾਂ ਹੀ ਪਹਿਲੀ ਵਾਰੀ ਆਪ ਸਭ ਟੀਚਰ ਸਾਹਿਬਾਨ ਗਵਾਹ ਹੋਣਗੇ, ਪੰਜਾਬ 'ਚ ਪਹਿਲੀ ਵਾਰੀ ਹੋਇਆ ਕਿ ਕਿਤਾਬਾਂ ਸਮੇਂ ਤੋਂ ਪਹਿਲਾਂ ਆਈਆਂ, ਵਰਨਾ ਨਵੰਬਰ ਦਸੰਬਰ ਤੱਕ ਕਿਤਾਬਾਂ ਨਹੀਂ ਆਉਂਦੀਆਂ ਸੀ, ਇਸ ਵਾਰੀ ਕਿਤਾਬਾਂ ਵੀ ਟਾਈਮ 'ਤੇ ਆਈਆਂ। ਦਾਖਲਾ ਮੁਹਿੰਮ ਦਿਖਾਉਂਦੀ ਹੈ ਕਿ ਕਿਵੇਂ ਪੰਜਾਬੀ ਮਾਨ ਸਾਹਿਬ ਦੇ ਉੱਤੇ ਭਰੋਸਾ ਕਰਦੇ ਆ। ਪਹਿਲੀ ਕਲਾਸ ਦੇ ਵਿੱਚ ਪ੍ਰੀ ਪ੍ਰਾਇਮਰੀ 1 ਦੇ ਵਿੱਚ 17% ਦਾ ਦਾਖਲਾ ਵਧਿਆ ਜੀ, 17%, ਤੇ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ 25%। ਬਾਰਡਰ ਡਿਸਟ੍ਰਿਕਟ ਹੈ ਜੀ ਸਾਡਾ, ਜਿੱਥੇ ਸਭ ਤੋਂ ਪਿਛੜਿਆ ਇਲਾਕਾ ਸੀ, 25%। ਪਿਛਲੀਆਂ ਸਰਕਾਰਾਂ ਨੇ, ਮੈਨੂੰ ਦੁੱਖ ਹੁੰਦਾ, ਮੈਂ ਜਾ ਕੇ ਦੇਖਿਆ, ਜਿਨ੍ਹਾਂ ਦੇ ਕੋਲ ਮੌਕੇ ਸੀ, ਅਗਰ ਤਰਨ ਤਾਰਨ, ਫਾਜ਼ਿਲਕਾ, ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਸਕੂਲਾਂ 'ਤੇ ਮਿਹਨਤ ਕੀਤੀ ਹੁੰਦੀ, ਤਾਂ ਅੱਜ ਪੰਜਾਬ 'ਚ ਡਰੱਗ ਪ੍ਰੋਬਲਮ ਨਹੀਂ ਹੁੰਦੀ, ਅੱਜ ਸਾਰਿਆਂ ਦੇ ਹੱਥ 'ਚ ਕਿਤਾਬਾਂ ਹੁੰਦੀਆਂ, ਉਸ ਇਲਾਕੇ ਦੇ ਬੱਚੇ ਵੀ ਅਫਸਰ ਬਣੇ ਹੁੰਦੇ, ਉਸ ਇਲਾਕੇ 'ਚੋਂ ਵੀ ਟੀਚਰ ਆਏ ਹੁੰਦੇ, ਸਾਨੂੰ ਟੀਚਰ ਬਾਹਰੋਂ ਨਹੀਂ। ਮਾਨ ਸਾਹਿਬ ਨੇ ਨੀਂਹ ਰੱਖਤੀ ਹੈ, ਅਗਲੇ 10 ਸਾਲਾਂ ਬਾਅਦ ਤਰਨ ਤਾਰਨ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ ਸਭ ਤੋਂ ਵੱਧ ਅਫਸਰ ਤੇ ਸਭ ਤੋਂ ਵੱਧ ਟੀਚਰ ਇਸ ਇਲਾਕੇ ਤੋਂ ਆਉਣਗੇ, ਦੇਸ਼ ਦੇ ਰਾਜ ਕਰਨਗੇ। ਬਿਜ਼ਨਸ ਬਲਾਸਟਰ, ਬੱਚਿਆਂ ਨੂੰ ਕਿਵੇਂ ਨਵੇਂ ਆਈਡੀਆਜ਼ ਆਣ, ਤਾਂ ਕਿ ਉਹ ਨੌਕਰੀ ਮੰਗਣ ਵਾਲੇ ਨਹੀਂ, ਨੌਕਰੀ ਦੇਣ ਵਾਲੇ ਹੋਣ। ਇਸ ਸਾਲ ਪੰਜਾਬ ਦੇ 1700 ਸਕੂਲਾਂ 'ਚ 90% ਸਕੂਲਾਂ 'ਚ ਬਿਜ਼ਨਸ ਬਲਾਸਟਰ ਮੁਹਿੰਮ ਲਾਂਚ ਕੀਤੀ ਜਾਊਗੀ, ਨਾਲ ਹੀ ਮੇਗਾ ਪੀਟੀਐਮ। ਹੁਣ ਤੱਕ ਸਿਰਫ ਪੀਟੀਐਮ ਪ੍ਰਾਈਵੇਟ ਸਕੂਲਾਂ 'ਚ ਹੁੰਦੀ ਸੀ, ਅਗਰ ਕੋਈ ਸਮਰੱਥ ਹੈ ਤਾਂ ਸਿਰਫ ਉਹਨੂੰ ਹੱਕ ਸੀਗਾ ਕਿ ਉਹ ਪ੍ਰਾਈਵੇਟ ਸਕੂਲ 'ਚ ਜਾ ਕੇ ਆਪਣੇ ਬੱਚੇ ਬਾਰੇ ਪੁੱਛ ਸਕੇ। ਕਿਉਂ? ਕਿ ਗਰੀਬ ਨੂੰ ਇਹ ਹੱਕ ਨਹੀਂ ਕਿ ਉਹ ਆਪਣੇ ਬੱਚੇ ਦੀ ਪਰਫਾਰਮੈਂਸ ਬਾਰੇ ਜਾਣ ਸਕੇ। ਮੇਗਾ ਪੀਟੀਐਮ ਮਾਨ ਸਾਹਿਬ ਦੀ ਸਰਕਾਰ ਨੇ ਸ਼ੁਰੂ ਕੀਤੀ ਹੈ, ਤੇ ਦਸੰਬਰ 'ਚ ਜਿਹੜੀ ਪੀਟੀਐਮ ਹੋਈ, ਰਿਕਾਰਡ 19 ਲੱਖ ਮਾਤਾ ਪਿਤਾ ਉਹਦੇ 'ਚ ਸ਼ਾਮਿਲ ਹੋਏ ਹੈ, ਤੇ ਅਸੀਂ ਅਗਲੀ ਪੀਟੀਐਮ 1 ਮਹੀਨੇ ਦੇ ਵਿੱਚ ਫਿਰ ਕਰ ਰਹੇ ਹਾਂ। ਟੀਚਰ ਟ੍ਰੇਨਿੰਗ ਜੀ, ਟੀਚਰਸ ਦੀ ਟ੍ਰੇਨਿੰਗ, ਉਹ ਸੁਪਨਾ ਜੋ ਸਾਡੇ ਸੀਐਮ ਸਾਹਿਬ ਨੇ ਦੇਖਿਆ ਸੀ, ਤੇ ਤੁਸੀਂ ਵੇਖਿਆ ਹੋਣਾ ਹਰ ਮਹੀਨੇ ਲਗਾਤਾਰ ਸਾਡੇ ਬੈਚ ਜਾ ਰਹੇ ਹੈ। ਸਾਡੇ ਪ੍ਰਿੰਸੀਪਲ ਸਾਹਿਬਾਨਾਂ ਦੇ 4 ਬੈਚ ਸਿੰਗਾਪੁਰ ਗਏ ਨੇ, ਸਾਡੇ ਹੈੱਡ ਮਾਸਟਰਸ ਦੇ ਬੈਚ ਆਈਐਮ ਅਹਿਮਦਾਬਾਦ ਗਏ ਨੇ, ਤੇ ਹੁਣ ਬਹੁਤ ਜਲਦ ਸਾਡੇ ਹੈੱਡ ਟੀਚਰਸ ਫਿਨਲੈਂਡ ਜਾਣਗੇ। ਫਿਨਲੈਂਡ ਟੀਚਰਸ ਟ੍ਰੇਨਿੰਗ ਦੇ ਉੱਤੇ ਅਸੀਂ ਮਿਹਨਤ ਕਰ ਰਹੇ ਹਾਂ, ਤੇ ਮੈਨੂੰ ਇਹ ਵੀ ਦੱਸ ਦਿਓ, ਖੁਸ਼ੀ ਹੋ ਰਹੀ ਹੈ। ਇਹਨੂੰ ਕਹਿੰਦੇ ਨੀਤਾਂ ਨੂੰ ਮੁਰਾਦਾਂ, ਪਹਿਲਾਂ ਕਿਉਂ ਨਹੀਂ ਹੋਇਆ ਕਦੀ? ਜੇ ਨੀਅਤ ਹੋਵੇ, ਇਹ ਸਰਕਾਰ ਦੀ ਨੀਅਤ ਹੈ। ਪਹਿਲੀ ਵਾਰੀ ਸਾਡੇ 2 ਅਧਿਆਪਕ ਫੀਟਾ ਅਵਾਰਡਸ ਦੇ ਲਈ ਸਿਲੈਕਟ ਹੋਏ ਹੈ, ਉਹਨਾਂ ਦੀ ਫੁੱਲ ਜਿਹੜੀ ਉੱਥੇ ਟ੍ਰੇਨਿੰਗ ਅਮਰੀਕਾ 'ਚ ਹੋਊਗੀ, ਇਹ ਪਹਿਲੀ ਵਾਰੀ ਪੰਜਾਬ ਦੇ ਵਿੱਚ ਹੋਇਆ। ਠੀਕ ਉਸੇ ਤਰੀਕੇ ਨਾਲ ਜੋ ਮੁੱਖ ਮੰਤਰੀ ਸਾਹਿਬ ਦਾ ਟੀਚਰ, ਪੰਜਾਬ ਦੀ ਸਿੱਖਿਆ ਕ੍ਰਾਂਤੀ 'ਚ ਹੁਣ ਨਵੀਂ ਇਮਾਰਤ ਇਸ ਮਹੀਨੇ ਹੋਊਗੀ। ਕਿ ਹਰ ਸਕੂਲਾਂ ਦੇ ਵਿੱਚ ਕੈਂਪਸ ਮੈਨੇਜਰ, ਸਕਿਉਰਿਟੀ ਗਾਰਡ, ਚੌਂਕੀਦਾਰ, 4 ਦੀਵਾਰੀ, ਫਰਨੀਚਰ, ਇਸ ਤੋਂ ਇਲਾਵਾ ਹਰ ਸਕੂਲ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਫੰਡ, ਕਲੀਨ ਸਕੂਲ ਫੰਡ, ਇਸ ਤੋਂ ਇਲਾਵਾ ਟਰਾਂਸਪੋਰਟ। ਮਾਨ ਸਾਹਿਬ ਹਮੇਸ਼ਾ ਹੀ ਆਪ ਜੀ ਦੇ ਨਾਲ ਕਿੱਸਾ ਸ਼ੇਅਰ ਕਰਦੇ ਆ, ਇਹ ਇਸ ਤੋਂ ਪਹਿਲਾਂ ਕਦੀ ਕਿਸੇ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਹੋਣਾ ਕਿ ਕੁੜੀਆਂ ਦਾ ਦਰਦ ਕੀ ਹੈ। ਸੀਐਮ ਸਾਹਿਬ ਨੇ 20,000 ਬੱਚਿਆਂ ਦੇ ਲਈ ਟਰਾਂਸਪੋਰਟ ਦੀ ਸ਼ੁਰੂਆਤ ਕੀਤੀ ਹੈ, ਇਸੇ ਮਹੀਨੇ ਤੋਂ ਉਹ ਲਾਗੂ ਹੋ ਜਾਊਗੀ। ਸਕੂਲਾਂ 'ਚ ਵਾਈਫਾਈ, ਸਕੂਲਾਂ ਦੇ ਵਿੱਚ ਵਾਈਫਾਈ, ਤੇ ਬਹੁਤ ਕੁਛ, ਬਹੁਤ ਜਲਦ ਇਹ ਸਾਰਾ ਕੁਛ ਜ਼ਮੀਨ ਦੇ ਉੱਤੇ ਖੁਦ ਮੁੱਖ ਮੰਤਰੀ ਸਾਹਿਬ ਲਾਂਚ ਕਰਨਗੇ।
ਅੰਤ ਦੇ ਵਿੱਚ ਮੈਂ ਆਪ ਸਭ ਨੂੰ ਇਹ ਕਹੂੰਗਾ ਜੀ, ਇਹ ਸਿੱਖਿਆ ਕ੍ਰਾਂਤੀ ਪੰਜਾਬ ਦਾ ਭਵਿੱਖ ਬਦਲ ਸਕਦੀ ਹੈ। ਇਸ ਮਹਿਕਮੇ ਦਾ ਨਾਮ ਭਾਵੇਂ ਸਕੂਲ ਸਿੱਖਿਆ ਵਿਭਾਗ ਹੈ, ਪਰ ਅਸਲ ਮਾਇਨੇ ਇਸ ਵਿਭਾਗ ਦਾ ਇਹ ਹੈ ਕਿ ਆਪਾਂ ਸੁਪਨਿਆਂ ਨੂੰ ਪੂਰਾ ਕਰਨਾ। 28 ਲੱਖ ਬੱਚੇ ਪੜ੍ਹਦੇ ਆ ਜੋ ਸਾਡੇ ਕੋਲ, ਉਹਨਾਂ ਦੇ 28 ਲੱਖ ਬੱਚਿਆਂ ਦੇ ਸੁਪਨਿਆਂ ਨੂੰ ਆਪਾਂ ਇੱਦਾਂ ਦਾ ਮਾਹੌਲ ਬਣਾਉਣਾ ਕਿ ਆਪਾਂ ਸਾਰੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕੀਏ। ਦੋ ਕਿੱਸੇ ਮੈਂ ਦੱਸਣਾ ਚਾਹੂੰਗਾ। ਇੱਕ, ਜਦੋਂ ਮੈਂ ਟਪਿਆਲੇ ਸਕੂਲ ਗਿਆ ਉੱਥੇ ਇੱਕ ਬੱਚੀ ਮਿਲੀ ਅਤੇ ਉਹ ਬੱਚੀ ਰੋ ਪਈ। ਮੈਂ ਉਹਨੂੰ ਪੁੱਛਿਆ ਕੀ ਬਣਨਾ ਚਾਹੁੰਦੇ ਹੋ, ਉਹ ਰੋ ਪਈ, ਬਹੁਤ ਰੋਈ। ਮੈਂ ਕਿਹਾ ਬੱਚੇ ਦੱਸ ਕੀ ਦਿੱਕਤ, ਕਹਿੰਦੀ ਜੀ ਮੇਰੇ ਪਿਤਾ ਆਟੋ ਚਲਾਉਂਦੇ ਆ, ਮੇਰੇ ਪਿਤਾ ਆਟੋ ਚਲਾਉਂਦੇ ਆ ਅਤੇ ਮੈਂ IPS ਅਫਸਰ ਬਣਨਾ ਚਾਹੁੰਦੀ ਹਾਂ। ਉਹ ਅੰਮ੍ਰਿਤਸਰ ਤੋਂ ਸਕੂਲ 'ਚ ਪੜ੍ਹਨ ਆਉਂਦੀ ਹੈ ਕਿਉਂਕਿ ਉਹਨਾਂ ਦੇ ਪਿਤਾ ਅੰਮ੍ਰਿਤਸਰ ਦੇ ਕਿਸੇ। ਉਹ ਕਹਿੰਦੇ ਜੀ ਧੰਨਵਾਦ ਤੁਹਾਡੀ ਸਰਕਾਰ ਦਾ, ਅਤੇ ਹੁਣ ਇੱਦਾਂ ਦਾ ਮਾਹੌਲ ਹੈ, ਮੈਨੂੰ ਲੱਗਦਾ ਮੇਰਾ ਸੁਪਨਾ ਪੂਰਾ ਹੋ ਜਾਊਗਾ। ਕੁਛ ਦਿਨ ਪਹਿਲਾਂ ਮੈਨੂੰ ਕੰਪਲੇਂਟ ਆਈ ਜੀ ਖਰੜ ਦੇ ਇੱਕ ਸਕੂਲ 'ਚ ਬਾਥਰੂਮ ਨਹੀਂ ਸਾਫ਼। ਮੈਂ ਉੱਥੇ ਚਲਾ ਗਿਆ, ਕੁਛ ਬੱਚਿਆਂ ਨੂੰ ਮੈਂ ਨਾਲ ਲਿਆ ਕਿ ਆਪਣੇ ਅਫਸਰ ਸਾਹਿਬਾਨਾਂ ਨੂੰ ਪਤਾ ਲੱਗਣ ਕਿ ਕੀ ਕਮੀ ਹੈ। ਪ੍ਰਿੰਸ ਨਾਮ ਹੈ ਉਸ ਬੱਚੇ ਦਾ, ਮੈਂ 3-4 ਬੱਚੇ ਆਪਣੇ ਨਾਲ ਲੈ ਕੇ ਸੈਕਟਰੀਏਟ ਆ ਗਿਆ ਅਤੇ ਸਾਰੇ ਅਫਸਰ ਸਾਹਿਬਾਨ ਬੁਲਾਏ ਤਾਂ ਕਿ ਪਤਾ ਲੱਗੇ ਕੀ ਕਮੀ ਹੈ। ਜਦੋਂ ਮੈਂ ਰਸਤੇ 'ਚ ਗੱਡੀ 'ਚ ਆ ਰਿਹਾ ਸੀ ਸਰ, ਮੈਂ ਪ੍ਰਿੰਸ ਨੂੰ ਪੁੱਛਿਆ, ਉਹਨਾਂ 'ਚੋਂ ਇੱਕ ਬੱਚਾ ਪ੍ਰਿੰਸ ਸੀ, ਮੈਂ ਕਿਹਾ ਬੇਟਾ ਕੀ ਬਣਨਾ ਚਾਹੁੰਦੇ ਹੋ ਵੱਡੇ ਹੋ ਕੇ? 5ਵੀਂ 6ਵੀਂ ਕਲਾਸ 'ਚੋਂ ਪੜ੍ਹਦਾ ਬੱਚਾ, ਕਹਿੰਦਾ ਜੀ ਮੈਂ ਪੋਲੀਟੀਸ਼ੀਅਨ ਬਣਨਾ ਚਾਹੁੰਦਾ। ਮੈਂ ਕਿਹਾ ਅੱਛਾ, ਮੈਂ ਕਿਹਾ ਫਿਰ ਕਿੱਥੋਂ ਇਲੈਕਸ਼ਨ ਲੜੂੰਗੇ? ਮੋਹਾਲੀ ਤੋਂ ਕਿੱਥੋਂ ਲੜੂੰਗੇ ਤੁਸੀਂ? ਖਰੜ ਕਿੱਥੋਂ ਲੜੂੰਗੇ? ਕਹਿੰਦਾ ਨਹੀਂ ਜੀ, ਕਹਿੰਦਾ ਸਰ ਮੈਂ ਬਿਹਾਰ ਤੋਂ ਹਾਂ, ਮੇਰਾ ਇਲਾਕਾ ਬਹੁਤ ਪਿਛੜਿਆ, ਮੈਂ ਬਿਹਾਰ ਦਾ ਭਗਵੰਤ ਮਾਨ ਬਣਨਾ ਚਾਹੁੰਦਾ। ਉਸ ਬੱਚੇ ਦਾ ਇਹ ਸਾਡੀ ਜ਼ਿੰਮੇਦਾਰੀ ਬਣਦੀ ਹੈ ਕਿ ਅਸੀਂ ਇੱਦਾਂ ਦੀ ਤਾਲੀਮ ਦੇਈਏ ਕਿ ਵਾਕਈ ਉਹ ਪ੍ਰਿੰਸ ਪੰਜਾਬ 'ਚੋਂ ਪੜ੍ਹ ਕੇ ਆਪਣੇ ਸੂਬੇ 'ਚ ਆਪਣੇ ਪਿੰਡ ਦਾ ਜਾ ਕੇ ਨਾਮ ਰੌਸ਼ਨ ਕਰ ਸਕੇ। ਇਸ ਕਰਕੇ ਸੁਪਨਿਆਂ ਵਾਲਾ ਵਿਭਾਗ ਹੈ ਜੀ, ਇਹ ਸਕੂਲ ਸਿੱਖਿਆ ਵਿਭਾਗ ਨਹੀਂ। ਆਪਾਂ ਸਾਰਿਆਂ ਦੇ ਸੁਪਨੇ ਪੂਰੇ ਕਰਨੇ ਆ। ਤੁਸੀਂ ਸਭ ਨੇ ਬਹੁਤ ਸਾਥ ਦਿੱਤਾ ਮੇਰਾ, ਬਹੁਤ ਸਾਰੇ ਸਭ ਨੇ ਬਹੁਤ ਸਾਥ ਦਿੱਤਾ। ਹੁਣ ਆਪਾਂ ਮੰਜ਼ਿਲ 'ਚ ਹੋਰ ਅੱਗੇ ਵਧਣਾ ਅਤੇ ਆਪਣੀ ਰਫਤਾਰ ਨੂੰ ਹੋਰ ਤੇਜ਼ ਕਰਨਾ। ਅੰਤ ਦੇ ਵਿੱਚ ਮੈਂ ਆਪਣੇ ਸਾਰੇ ਅਧਿਆਪਕਾਂ ਦਾ ਜਿਨ੍ਹਾਂ ਨੇ ਮੈਨੂੰ ਪੜ੍ਹਾਇਆ ਉਹਨਾਂ ਦਾ ਹੁਣ ਵੀ ਨਮਨ ਕਰਦਾ। ਅਤੇ ਮੇਰਾ ਮੰਨਣਾ ਕਿ ਜੀਵਨ ਦੇ ਵਿੱਚ ਕੋਈ ਵੀ ਇਨਸਾਨ ਸਿੱਖਣਾ ਬੰਦ ਨਹੀਂ ਕਰਦਾ, ਉਹ ਹਰ ਰੋਜ਼ ਕੁਛ ਨਾ ਕੁਛ ਸਿੱਖਦਾ ਰਹਿੰਦਾ, ਆਪਣੇ ਬਜ਼ੁਰਗਾਂ ਤੋਂ, ਆਪਣੇ ਵੱਡਿਆਂ ਤੋਂ, ਆਪਣੇ ਦੋਸਤਾਂ ਤੋਂ। ਇਸ ਜੀਵਨ ਦੇ ਵਿੱਚ ਮੈਨੂੰ, ਰਾਜਨੀਤਿਕ ਜੀਵਨ ਦੇ ਵਿੱਚ ਮੈਨੂੰ ਇੱਦਾਂ ਦੇ 3 ਟੀਚਰ ਮਿਲੇ ਆ ਜੋ ਰੋਜ਼ ਮੈਨੂੰ ਨਵਾਂ ਕੁਛ ਸਿਖਾਉਂਦੇ ਆ, ਅਤੇ ਉਹਨਾਂ ਕਰਕੇ ਹੀ ਜੇ ਅਗਰ ਅੱਜ ਮੈਂ ਇਸ ਮੁਕਾਮ 'ਤੇ ਪਹੁੰਚਿਆ ਤਾਂ ਉਹਨਾਂ ਦੀ ਦੇਣ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਅਰਵਿੰਦ ਕੇਜਰੀਵਾਲ ਜੀ,